ਤੇ ਇੱਕ ਇਸ ਤਰ੍ਹਾਂ ਹੋਈ ਆ ਡੈਥ। ਮੇਰੇ ਬ੍ਰਦਰ ਦਾ ਐਕਸੀਡੈਂਟ ਹੋ ਗਿਆ ਸੀ, ਡੈਥ ਹੋ ਗਈ ਸੀ ਤੇ ਉਹਦਾ ਸੰਸਕਾਰ ਸੀ ਅੱਜ। ਹਾਂਜੀ, ਤੇ ਉਹਦੇ ਸੰਸਕਾਰ ਤੇ ਆਏ ਸੀਗੇ ਤੇ ਉਸ ਤੋਂ ਵਾਪਸ ਜਾ ਰਹੇ ਸੀ, ਆਪਣੇ ਘਰ ਢਿਲਵਾਂ ਨੂੰ ਜਾ ਰਹੇ ਸੀ ਵਾਪਸ। ਤੇ ਰਸਤੇ 'ਚ ਆਉਂਦੇ ਆਏ ਆਪਣੇ ਇੱਥੇ ਆਪਣੇ ਕੀ ਨਾਮ ਲੈਂਦੇ ਆ ਯੂਨੀਵਰਸਿਟੀ ਦੇ ਭੱਠੇ ਦੇ ਵਿਚਕਾਰ ਜੀ, ਇਹ ਇੱਧਰੋਂ ਜਾ ਰਹੇ ਸੀ, ਉੱਧਰੋਂ ਗੱਡੀ ਕੋਈ ਫਾਸਟ ਜੀ ਆ ਰਹੀ ਸੀਗੀ ਜਿਹੜੀ ਕਿ ਬਹੁਤ ਇਹਨੂੰ ਆਪਣੇ ਆਪ ਨੂੰ ਬਚਾਉਣ ਵਾਸਤੇ ਇਹਨਾਂ ਨੇ ਸਾਈਡ ਨੂੰ ਕਰਤਾ ਅਤੇ ਗੱਡੀ ਤਾਂ ਚਲੋ ਨਹੀਂ ਵੱਜੀ ਨਿਕਲ ਗਈ, ਪਰ ਜਿਹੜੀ ਇਹ ਮੋਟਰਸਾਈਕਲ ਸਿੱਧਾ ਇਹਨਾਂ ਦਰਖਤ ਦੇ ਵਿੱਚ ਜਾ ਵੜਿਆ, ਜਿਹੜੀ ਕਿ ਇਹਨਾਂ ਦੀ ਮੌਤ ਉੱਥੇ ਮੌਤ ਹੋ ਗਈ ਆ। ਜਿਹੜੀ ਉਹਦੀ ਨਾਨੀ ਸੀਗੀ ਨਾਲ ਬੈਠੀ, ਨਾਨੀ ਨੂੰ ਹੋਸਪਿਟਲ ਲੈ ਕੇ ਆਏ ਨੇ, ਹੋਸਪਿਟਲ ਲਿਆਉਣ 'ਚ ਇੱਥੇ ਪਾਣੀ ਵੀ ਪਿਆ, ਜਿਹੜੇ ਪੇਸ਼ੈਂਟ ਚੁੱਕ ਕੇ ਲਿਆਏ ਆਦਮੀ ਇਹਨਾਂ ਨੂੰ ਨਾਲ, ਉਹਨਾਂ ਨੂੰ ਦੋਹਰੇ ਪਾਣੀ ਪਿਆ, ਡਾਕਟਰ ਇੱਥੇ ਨਾ ਹੋਣ ਦੀ ਵਜ੍ਹਾ ਨਾਲ ਉਹਨਾਂ ਦੀ ਜਾਨ ਚਲੀ ਗਈ ਆ। ਇੱਕ ਦਿਨ ਪਰਸੋਂ ਵੀ ਅਸੀਂ ਆਏ ਸੀ ਹੋਸਪਿਟਲ ਸ਼ਾਮ ਨੂੰ ਲੈ ਕੇ, ਉਦੋਂ ਵੀ ਇੱਥੇ ਸਟਾਫ ਨਰਸ ਸੀ, ਡਾਕਟਰ ਕੋਈ ਨਹੀਂ ਹੈਗਾ ਇੱਥੇ, ਦੋ ਤਿੰਨ ਦਿਨ ਹੋ ਗਏ ਡਾਕਟਰ ਕੋਈ ਹੈ ਹੀ ਨਹੀਂ ਇੱਥੇ। ਗੈਲੀ ਦੇ ਨਾਲ ਸਾਰਾ ਕੁਝ ਹੋ ਰਿਹਾ ਤੇ ਮੈਂ ਕਹਿੰਦਾ ਹੋਸਪਿਟਲ ਬੰਦ ਕਰ ਦੇਣਾ ਚਾਹੀਦਾ। ਤੇ ਤੁਸੀਂ ਸਰਕਾਰ ਤੋਂ ਇਸ ਪੱਖੇ ਕੀ ਕਹਿਣਾ ਚਾਹੁੰਦੇ? ਸਰਕਾਰ ਤੋਂ ਮੰਗ ਕਰਦੇ ਆ ਵੀ ਆ ਜੋ ਤੁਸੀਂ ਵਾਅਦੇ ਕਰ ਰਹੇ ਹੋ ਵਾਅਦੇ ਆਪਣੇ ਨਿਭਾਓ, ਹੋਸਪਿਟਲ ਚੱਕ ਚੈਕਿੰਗ ਕਰੋ ਕਿ ਡਾਕਟਰ ਕੋਈ ਮੌਜੂਦ ਹੈਗਾ ਕਿ ਨਹੀਂ ਹੈਗਾ। ਭੁਪਿੰਦਰ ਸਿੰਘ, ਭੁਪਿੰਦਰ ਕੁਮਾਰ, ਇਹ ਆਪਣੇ ਭੂਆ ਦੇ ਮੁੰਡੇ ਦੇ ਸੰਸਕਾਰ ਤੋਂ ਆ ਰਹੇ ਸੀ, ਇਹਦੇ ਨਾਲ ਇਸਦੀ ਮਾਤਾ ਸੀ ਤੇ ਨਾਲ ਇਹਦੀ ਸੀ ਨਾਨੀ ਆਪਣਾ ਆਸ਼ਾ ਰਾਣੀ। ਇਹਨਾਂ ਦਾ ਜਦੋਂ ਕਾਲਜ ਤੋਂ ਅਗਲੇ ਬੰਨੇ ਆਏ ਆ, ਆ ਜਿਹੜਾ ਕਿਸ਼ਨਪੁਰ ਕਾਲਜ ਉੱਥੋਂ ਅਗਲੇ ਬੰਨੇ ਆਏ ਆ, ਅਤੇ ਸਾਹਮਣੇ ਤੋਂ ਕੋਈ ਤੇਜ਼ ਰਫ਼ਤਾਰ ਗੱਡੀ ਆ ਰਹੀ ਸੀ, ਉਦੋਂ ਬਚਾਉਂਦੇ ਬਚਾਉਂਦੇ ਦਰਖਤ ਦੇ ਵਿੱਚ ਜਿਹੜੇ ਵੱਜ ਗਏ, ਉਹਦੇ ਕਾਰਨ ਇਹਨਾਂ ਦੋਨਾਂ ਦੀ ਮੌਤ ਹੋ ਗਈ ਹੈ। ਅਸੀਂ ਹੁਣ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਅਤੇ ਬਾਕੀ ਤਫਤੀਸ਼ ਕਰ ਰਹੇ ਹਾਂ, ਜੋ ਕੁਛ ਤਫਤੀਸ਼ ਦੇ ਵਿੱਚ ਆਏਗਾ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਉਹਦੇ 'ਚ ਲਿਆਵਾਂਗੇ।